ਤੁਸੀਂ ਦੇਖ ਰਹੇ ਹੋ ਫਾਈਨਲ ਸਟੈਪ ਨਿਊਜ਼। ਯੂਪੀ ਦੇ ਉਨਾਵ ਦੇ ਪ੍ਰਾਈਵੇਟ ਸਕੂਲ ਦਾ ਅਣਮਨੁੱਖੀ ਵਰਤਾਰਾ। ਫੀਸ ਨਾ ਪਹੁੰਚਣ ਕਾਰਨ ਬੱਚਿਆਂ ਨੂੰ ਨਹੀਂ ਦੇਣ ਦਿੱਤੀ ਗਈ ਪ੍ਰੀਖਿਆ। ਪੂਰਾ ਦਿਨ ਬੱਚਿਆਂ ਤੋਂ ਧੁੱਪੇ ਰੱਖਿਆ ਗਿਆ ਖੜਾ। ਸਿੱਖਿਆ ਸਭ ਦਾ ਅਧਿਕਾਰ ਹੈ। ਉਨਾਵ ਦੇ ਪ੍ਰਾਈਵੇਟ ਸਕੂਲ ਨੇ ਬੱਚੇ ਬੱਚੀਆਂ ਨੂੰ ਪ੍ਰੀਖਿਆ ਨਹੀਂ ਦੇਣ ਦਿੱਤੀ ਕਿਉਂਕਿ ਉਹਨਾਂ ਦੀ ਫੀਸ ਜਮ੍ਹਾਂ ਨਹੀਂ ਸੀ। ਸਕੂਲ ਨੂੰ ਵਿਦਿਆ ਮੰਦਿਰ ਕਿਹਾ ਜਾਂਦਾ ਹੈ। ਇਹ ਅੱਜ ਦਾ ਵਿਦਿਆ ਦਾ ਮੰਦਿਰ। ਤੁਹਾਡੀ ਇਸ ਬਾਰੇ ਕੀ ਰਾਏ ਹੈ ਕਮੈਂਟ ਸੈਕਸ਼ਨ ਵਿੱਚ ਸ਼ੇਅਰ ਕਰੋ। कहाँ रहती हो? कौन स्कूल में पढ़ती हो? बाल विद्या मंदिर। क्या बात हुई थी, क्यों निकाला गया आपसे? सर ने हम लोगों की फीस नहीं जमा थी, अभी दो दिन हुए, फीस मांग रहे थे, अभी जमा नहीं हुई थी। हमने वापस घर पे कहा था पापा आ जाते, पेपर नहीं दिया। इन लोगों ने हमको खड़ा रखा है पूरा दिन। पूरा दिन खड़ा रखा?